ਬਾਪੂ ਨਾ ਮੰਨਦਾ ਮੇਰਾ, ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ, ਬਾਪੂ ਨਾ ਮੰਨਦਾ ਮੇਰਾ। ਭੰਡਣ ਦੀ ਜਵਾਨੀ ਜੀ ਤਾਂ ਮੇਰੇ 'ਤੇ ਆਈ ਹੈ ਜੀ, ਸਾਡੇ ਤਾਂ ਬਾਲ ਬੂਲ ਜੇ ਦੇਖ ਕੇ ਨੇ ਅੰਡਰ। ਆ ਇਹਨਾਂ ਨੂੰ ਸਾਲਿਆਂ ਨੂੰ ਮਨਾਮ ਨੂੰ ਲੈ ਗਧੇ ਵਰਗੇ ਕਰੀ ਫਿਰਦਾ। ਗਧੇ ਵਰਗੇ ਤੈਨੂੰ ਪਤਾ ਬੱਬੂ ਮਾਰਦੇ ਆਈ ਦੇਖੇ ਬੇਟੇ, ਦੇਖੇ ਪਜਾ ਕਰ ਪੁਰਾਣੇ ਜ਼ਮਾਨੇ ਦਾ ਸਾਲਾ ਬੱਬੂ ਮਾਰਦਾ। ਉਹ ਛੱਡ ਦੇਣਾ ਓਏ, ਉਹ ਭੰਡਣੇ ਦੀ ਬੋਲੀ ਜੀ ਆਈ ਆ, ਉਹ ਇੱਕ ਸੁਣਾਵਾਂ। ਉਹ ਪਹਿਲਾਂ ਚਾਹ ਪੀ ਲਾ ਫਿਰ ਸੁਣਾ ਲਈ ਬੋਲੀ। ਬੜਾ ਜ਼ੋਰ ਪਈ ਜਾਂਦਾ ਯਾਰ, ਬੜਾ ਜ਼ੋਰ ਆ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਉਹ ਖੱਟ ਕੇ ਲਿਆਂਦੀ ਮੇਥੀ, ਬਾਪੂ ਮੇਰਾ ਵਿਆਹ ਕਰਦੇ ਭੈਣ ਮਰਾਵੇ ਖੇਤੀ। ਉਮਰ ਤਾਂ ਮੇਰੀ ਆ ਵਿਆਹ ਦੀ, ਵਾ ਕਰਦੇ ਇਹਦਾ ਵਿਆਹ, ਮਾੜੀ ਮੋਟੀ ਸੰਗ ਸ਼ਰਮ ਮੰਨ ਲਓ, ਜਿਵੇਂ ਆਈ ਇਹਦਾ ਬੋਲੀ ਜਾਂਦੇ ਹੋ, ਹੈ ਊਟ ਪਟਾਂਗ ਬੋਲੀ ਜਾਂਦੇ ਹੋ, ਆ ਮਾੜੀ ਮੋਟੀ ਚਿੱਟੀ ਦਾੜੀ ਦੀ ਵੀ ਲਿਹਾਜ਼ ਕਰ ਲਓ। ਕੀ ਲਿਹਾਜ਼ ਕਰ ਲਈ ਤੇਰੀ ਚਿੱਟੀ ਦਾੜੀ ਦੀ? ਸਾਲਿਓ ਵਿਆਹ ਦੀ ਉਮਰ ਤਾਂ ਹਜੇ ਮੇਰੀ ਪਈ ਆ, ਨਾਲੇ ਤੈਨੂੰ ਵਿਆਹ ਨੂੰ ਕੀ ਆਵਾ, ਸਾਲਾ ਭਾਲ ਦਾ ਮਕਲਾ ਵਾ, ਤੈਥੋਂ ਵੱਡਾ ਤਾਂ ਉਹ ਬੈਠਾ, ਪਹਿਲਾਂ ਉਹਦਾ ਕਰੂੰਗਾ ਜੇ ਕੀਤਾ। ਹੈਂ ਕਰਦੇ ਕੀ ਲੱਛਣ ਹੈ, ਤੈਨੂੰ ਸੰਗ ਨਹੀਂ ਆਉਣੀ ਮਾੜੀ ਮੋਟੀ ਆਪਣੀ ਚਿੱਚੀ ਦਾੜੀ ਦੀ, ਨਾ ਤੈਨੂੰ ਕੌਣ ਡੋਲਾ ਦੇ ਦੂਗਾ। ਓਏ ਗੱਲ ਸੁਣੋ, ਏ ਆ ਚਿੱਟੀ ਦਾੜੀ ਆ ਗਈ ਫਿਰ ਕੀ ਹੋ ਗਿਆ, ਜੇ ਚਾਰ ਧੌਲੇ ਆ ਗਏ ਐਵੇਂ ਚਿੱਟੀ ਦਾੜੀ ਆ ਗਈ ਬੁੜੇ ਦੇ, ਚਿੱਟੀ ਦਾੜੀ ਆ ਗਈ ਬੁੜੇ ਦੇ। ਉਹ ਮੁੰਡਾ ਉਹ ਨੀ ਕੋ ਜਿਹੜਾ ਮੁੰਡਾ ਗਾਉਂਦਾ ਗੁਰਦਾਸ ਮਾਨਕ, ਉਹ ਮਾਨ ਗੁਰਦਾਸ ਮਾਨ ਪਾਪੇ, ਓਏ ਕੋਈ ਮਾਨਕ ਯਾਰ, ਉਹਨੇ ਇੱਕ ਬਾਲਾ ਸੋਹਣਾ ਗੀਤ ਲਿਖਿਆ ਤੇ ਗਾਇਆ। ਕਿਹਦਾ? ਆ ਦਿਲ ਹੋਣਾ, ਦਿਲ ਹੋਣਾ, ਦਿਲ ਹੋਣਾ ਚਾਹੀਦਾ ਜਬਾਨ ਉਮਰ ਚ ਕੀ ਰੱਖਿਆ, ਦਿਲ ਹੋਣਾ ਆ ਆ ਦਿਲ ਹੋਣਾ ਚਾਹੀਦਾ ਜਬਾਨ ਉਮਰ ਚ ਕੀ ਰੱਖਿਆ। ਨਾ ਮੇਰੀ ਗੱਲ ਸੁਣ ਪਾਪੇ ਓਏ, ਹਾਂ ਭੰਡਣ ਦਾ ਤੇਰੀ ਚਿੱਟੀ ਦਾੜੀ ਹੋਈ ਪਈ ਹੈਗੀ, ਭੰਡਣ ਦਾ ਤੈਨੂੰ ਕੌਣ ਬਹੂ ਦੇਊਗਾ ਓਏ। ਓਏ ਚੁੱਪ ਕਰੋ ਓਏ, ਆ ਜਿੱਦੇ ਸਾਡੇ ਪਿੰਡ ਬਾਦਲ ਆਇਆ ਸੀ ਨਾ ਬਾਦਲ, ਹਾਂ ਉਹਦੇ ਨਾਲ ਮੇਰੀ ਬਹਿ ਕੇ ਗੱਲ ਹੋਈ। ਜਿੱਦਾਂ ਵੋਟਾਂ ਆਉਣਗੀਆਂ ਤੁਸੀਂ ਕੱਢ ਦਿਓ ਉਹਨੂੰ ਨੌਕਰੀਆਂ, ਨੌਕਰੀਆਂ ਨੌਕਰੀਆਂ ਤੋਂ ਪਹਿਲਾਂ ਨੌਕਰੀਆਂ ਵਾਂਗੂ ਤੁਸੀਂ ਜਨਾਨੀਆਂ ਕੱਢਿਓ, ਫਿਰ ਉਹਦੇ ਚ ਮੇਰਾ ਨਾਂ ਉਹ ਨਾਲ ਤੇਰਾ ਮੇਰਾ ਵੀ ਆਊ ਬਾਪੂ। ਓਏ ਬਾਦਲ ਦਾ ਹਾਲਿਆ ਉਹਦੇ ਘਰ ਵਾਲੀ ਮਰੀ ਆ, ਮੇਰੇ ਭੱਜ ਗਈ। ਭੰਡਣ ਦਾ ਥਰਦਾ ਵੀ ਲਿਖਾਇਆ ਹੁੰਦਾ ਵਿੱਚ ਹੀ ਯਾਰ, ਉਹ ਤੁਹਾਡਾ ਮਗਰੋਂ ਦੇਖਾਂਗੇ ਬੈਠ। ਹਾਂ ਬਹਿ ਗਿਆ ਅੱਲਾ ਬਿੰਡੂ, ਭੰਡਣ ਦਾ ਤਾਂ ਬੁੜਾ ਜਾ ਵੀ ਮਾਰੀ ਜਾਂਦਾ, ਆਪਾਂ ਚਾਹ ਚੂ ਬਣਾ ਯਾਰ, ਉਹ ਦੁੱਧ ਪਾਣਾ ਦੁੱਧ, ਭੰਡਣ ਦਾ ਵੀ ਦੇਖ ਲੈਣੇ। ਆਹ ਦੇਖ ਲਓ ਗੰਦੀ ਲਾਦ, ਸੰਗ ਸਰਮ ਮੰਨਦੇ ਨੀ, ਪਹਿਲੇ ਹੀ ਦੇ ਦਿਓ ਮਕਲਾਵੇ ਲਿਆ ਕੇ ਇਹਨਾਂ ਨੂੰ। ਉਹ ਪਾ ਦੇ ਯਾਰ ਭੰਡਣ ਦੇ ਬਾਪੂ ਜੀ ਨੂੰ ਵੀ ਫੜਾ ਦਿੰਦੇ। ਉਹ ਫੜਾ ਦੇ ਲੈ, ਉਹ ਬਾਪੂ ਪੀ ਲਾ, ਮਰੀ ਵੀ ਪਾ ਦੇ ਓਏ, ਆਪ ਚੱਕ ਚੱਕ ਭਾਈ, ਭੰਡਣ ਦੇ ਕਾਲੀ ਜੀ ਫੜਾ ਦਿੱਤੀ ਅੱਜ ਤਾਂ ਓਏ। ਆਹ ਇਹ ਖੋਲੂ ਅੱਖਾਂ ਮੁੰਡਿਓ ਬਾਪੂ ਓਏ, ਆ ਮੁੰਡੋ ਐਨਕ ਲਾ ਕੇ ਹੁਣ ਸੁਣਨ ਲੱਗਿਆ ਚੰਗਾ, ਐਨਕ ਲਾ ਕੇ ਸੁਣਨ ਲੱਗਿਆ ਓਏ। ਹਾਂ ਭੰਡਣ ਦਾ ਪਹਿਲਾਂ ਵੀ ਤੈਨੂੰ ਸੁਣਦਾ ਆਣੀ ਸੀ। ਓਏ ਸੁਣਦਾ ਤਾਂ ਹੈਗਾ ਸੀ, ਪਹਿਲਾਂ ਥੋੜ੍ਹਾ ਜਿਹਾ ਘੱਟ ਸੁਣਦਾ ਸੀ, ਆਹ ਚਾਰ ਪੰਜ ਦਿਨਾਂ ਦਾ ਪਤਾ ਨਹੀਂ ਕੀ ਹੋ ਗਿਆ ਯਾਰ, ਐਨਕ ਲਾ ਲੈਂਦਾ ਤਾਂ ਉੱਥੋਂ ਸੁਣਨ ਲੱਗ ਜਾਂਦਾ। ਠੀਕ ਹੈ, ਐਨਕ ਲਾ ਦਿੰਦਾ ਤਾਂ ਇੱਥੋਂ ਜੋ ਸੁਣਦਾ, ਇਹ ਵੀ ਸਮਝ ਨਹੀਂ ਆਉਂਦੀ ਗੱਲ ਦੀ। ਭੰਡਣੇ ਦੀ ਮੈਨੂੰ ਲੱਗ ਗਈ ਸਮਝ,
ਤੈਨੂੰ ਤਾਂ ਭੰਡਣ ਵਿਆ ਮੂਤ ਦੀ ਬਿਮਾਰੀ ਹੋ ਗਈ ਬਾਪੇ ਓਏ ਤੇਰਾ ਤਾਂ ਭੰਡਣ ਵਿਆ ਮੂਤ ਟੈਸਟ ਕਰਾਉਣਾ ਪਊਏ ਬਾਈ ਨਹੀਂ ਬਚਦਾ ਬਾਈ ਇਹ ਤਾਂ ਨਹੀਂ ਬਚਦਾ ਹੁਣ ਭੰਡਣ ਦਾ ਤੈਨੂੰ ਤਾਂ ਕਸੂਤੀ ਬਿਮਾਰੀ ਲੱਗ ਗਈ ਓਏ ਐਂ ਕਰ ਬਿੰਦੂ ਤੂੰ ਡਾਕਟਰ ਨੂੰ ਲੈ ਕੇ ਆ ਮੈਂ ਪਾਪੇ ਜੀ ਨੂੰ ਭੰਡਣ ਨੂੰ ਮੂਤ ਮਤ ਕਰਾ ਕੇ ਰੱਖ ਵਾ ਠੀਕ ਆ ਚੱਪ ਜਾ ਓਏ ਮੈਂ ਆ ਗਿਆ ਬਾਈ ਤੂੰ ਤਿਆਰ ਕਰਕੇ ਰੱਖ ਭਾ ਜਾ ਭੰਡਣ ਓ ਤੂੰ ਛੇਤੀ ਜਾ ਯਾਰ ਓਏ ਪਾਪੇ ਤੂੰ ਪੈ ਜਾ ਤੂੰ ਪੈ ਜਾ ਹੁਣ ਤੂੰ ਮਰੀਜ਼ ਬੰਦਾ ਪਤਾ ਨਾ ਤੁਰਿਆ ਫਿਰਿਆ ਕਰ ਠੀਕ ਆ ਤੈਨੂੰ ਇੱਕ ਗੱਲ ਹੋਰ ਦੱਸਾਂ ਪਹਿਲਾਂ ਮੇਰੀ ਗੱਲ ਸੁਣ ਪਾਪੇ ਜਿਹੜਾ ਉਹ ਬਾਦਲ ਕੋਲੇ ਆ ਜਿਹੜੇ ਦਿੱਤੇ ਸੀ ਤੂੰ ਭੰਡਣੇ ਦੀ ਚੋਹ ਤੇ ਮੇਰਾ ਨਾਂ ਪਵਾ ਦੇ ਯਾਰ ਓਏ ਗੱਲ ਸੁਣੋ ਓਏ ਓ ਨਲਾਇਕਾ ਏ ਓ ਤੇਰੇ ਨਾਲ ਓ ਏ ਭੰਡਣ ਦਾ ਪਿਆਰ ਹੈ ਤੂੰ ਇੱਥੇ ਪੈ ਭੰਡਣ ਦੇ ਪੱਪੇ ਓਏ ਆ ਬਾਤੀ ਜਿੱਤ ਕਰਦੀ ਫੜਾ ਲੈ ਇੱਥੇ ਜੇ ਆ ਜਾ ਭੰਡਣੇ ਦੇ ਓ ਤਰ ਪਾ ਭੰਡਣ ਦਾ ਝਾਂਟਰਾ ਤਾਂ ਨਹੀਂ ਪਾਣਾ ਤਰੇ ਓਏ ਬਸ ਗਾਂ ਖੂਜਦਾ ਨਹੀਂ ਛੱਡਣਾ ਮੈਂ ਹੁਣ ਮੈਂ ਇੱਧਰ ਤੇ ਕਰਾਉਂ ਚੰਗਾ ਪਾਟੀ ਜੀ ਭਰਦੀ ਏ ਚਲ ਭੜਦਣੇ ਦੇ ਦਿਆ ਬਸ ਕਰੋ ਥੋੜਾ ਜਿਹਾ ਹੋਰ ਬਸ ਉਹ ਮਤਲਬ ਕਹਿਣਾ ਭੜਗੀ ਪਾਟੀ ਜੀ ਤਾਂ ਡਾਕਟਰ ਸਾਹਿਬ ਕਰੋ ਤੁਸੀਂ ਚੈੱਕਅਪ ਮੈਂ ਕਰਦਾ ਚਾਹ ਪਾਣੀ ਦਾ ਇੰਤਜ਼ਾਮ ਖੰਘੋ ਜੀ ਥੋੜਾ ਜਿਹਾ ਲਓ ਜੀ ਡਾਕਟਰ ਸਾਹਿਬ ਆ ਫਿਰ ਕਰ ਲਿਓ ਸਾਰਿਆਂ ਨੂੰ ਕਮਲੇ ਕਮਲੇ ਕਹਿੰਦੇ ਦਾ ਟੱਬਰੀ ਸਿਆਣਾ ਆਉਂਦਿਆਂ ਨੂੰ ਚਾਹ ਪਾਣੀ ਠੰਡਾ ਨਾ ਤੱਤਾ ਨਾ ਮਿੱਠਾ ਨਾ ਖੱਟਾ ਹੈ ਕੀ ਇਹ ਤੁਹਾਡੇ ਘਰੇ ਫਰਿੱਜ ਫਰੁੱਜ ਹੈ ਨੀ ਓ ਡਾਕਟਰ ਸਾਹਿਬ ਉਹ ਫਰਿੱਜ ਦੇ ਵਿੱਚ ਦੁੱਧ ਬਾਅਦ ਰੱਖੀਦਾ ਹੁੰਦਾ ਆ ਮੂਤ ਥੋੜੇ ਰੱਖੀਦਾ ਹੁੰਦਾ ਮੈਨੂੰ ਮੂਤ ਪਿਆ ਤਾ ਓਏ ਮੈਂ ਨੀ ਕਰਨਾ ਚੱਕਰ ਤੁਹਾਡਾ ਬੈਗ ਟੂਟੀ ਲੈ ਲਓ ਜੀ ਲੈ ਲਓ ਟੂਟੀ ਮੈਂ ਲੈ ਕੇ ਜਾਂਦਾ ਯਾਰ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆ ਬਾਈ ਸਾਡੀ ਟੀਮ ਪੱਖੋ ਵਾਲੇ ਤੇ ਇਹ ਸਾਡੀ ਵੀਡੀਓ ਸੀ ਕਮਲਾ ਟੋਲਾ ਮੈਨੂੰ ਆਸ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਅਤੇ ਜਿਵੇਂ ਕਿ ਅਸੀਂ ਇਹ ਵੀਡੀਓ ਬਣਾਈ ਆ ਉਵੇਂ ਦੀਆਂ ਹਾਸੇ ਵਾਲੀਆਂ ਵੀਡੀਓ ਅਸੀਂ ਹੋਰ ਬਣਾਇਆ ਕਰਾਂਗੇ ਅਤੇ ਸਿੱਖਿਆ ਵਾਲੀ ਵੀਡੀਓ ਬਣਾਵਾਂਗੇ ਬਾਈ ਠੀਕ ਹੈ ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਅਤੇ ਕਮੈਂਟ ਕਰੋ ਅਤੇ ਸ਼ੇਅਰ ਕਰੋ ਐਂਡ ਡੋਡੋ ਜੀ ਕਰ ਦਿਓ ਬਾਈ ਐਂ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ।